अकबर सर्वकला समर्थ डोलन तेरा खो प्रभु नानक दे कर हथ परम सत्कार योग सत्संगी जनों फतेह प्रवान करो वाहे गुरु जी का खालसा वाहे गुरु जी की फतेह। शेख फरीद जी जदों जगत नूं गहरे तल ते वेखदे हन कि किस तरह मनुख दी सोच मंडल विच किस तरह दे ख्यालात हन, किस तरह दे विचार हन, ते उन्हां नूं वेख के आप जी नूं कहना पिया फरीदा किछ ना बुझै किछ ना सुझै दुनिया गुझी बह के एक गल मनुख नहीं समझ पा रहा केड़ी गल कि मनुख एक ऐसी अगन दे विच सड़दा पिया है जो अग किसे नूं दिसदी नहीं है, किसे नूं भी दिसदी नहीं वो अग, क्योंकि वो जिहड़ी अग है वो मन दी है। जे किधरे किसे दे तन नूं वेखणा होवे वेख सकदे हो, और जेकर किसी दे अत सुंदर बंगले नू वेखना होवे वो भी वेख सकदे हो, पर जे किधरे कोई मनुख ये कह दे कि मैं इस तन दे विच किसी दे मन नू वेखना है बड़ा औखा है। ते तन दे विच जेड़ा मन है ते उस नू किस तरह देखोगे, और उसी मन दे विच गुझी बाह एक ऐसी अगन है जो मनुख नू साड़दी है, और वो अग है तृष्णा दी प्यास। मनुख दे जीवन विच इतनी गहरी प्यास, इतनी गहरी कि वो प्यास कदे खत्म ही नहीं होती, और कई दफा इस तरह भी होंदा है असी कह देने हाँ कि ये मनुख तो भोजन करके तो रज गया पर इस दियां अखां भुखियां, इस तरह भी कह देने हाँ। ते मनुख दे कोल सब कुछ है फिर भी ऐसा लगता है कि इस दे जीवन विच कोई ना कोई घाट है, कमी है, और उसे चिंता विच रहिंदा है उसे विच, क्योंकि मन की जिहड़ी दशा है वह उसनूं वेखदा है जो उसके पसंद की चीज है, या फिर उसनूं वेखदा है जो घर विच नहीं है उसनूं देखदा है। जां इस तरह मैं अर्ज करां कि मनुख खालीपन नूं देखदा है, घर विच की नहीं है उसनूं देखदा है, घर विच कितना कुछ पिया है उस वल नहीं देखदा। जिस दिन उसनों वेखना शुरू कर देवेगा कहिंदे ने फिर तनवाद दे बोल निकलणगे, शुकराने दे बोल निकलणगे। बस इतना ही फर्क है एक साधु विच और एक संसारी, इतना ही फर्क है।
ਜਿਹੜਾ ਸਾਧੂ ਹੈ, ਸੰਤ ਪੁਰਸ਼ ਹੈ, ਗੁਰਮੁਖ ਹੈ, ਉਹ ਮੌਜੂਦ ਪਦਾਰਥਾਂ ਨੂੰ ਵੇਖਦਾ ਹੈ, ਮੌਜੂਦ ਦਾਤ ਨੂੰ ਵੇਖਦਾ ਹੈ, ਰਹਿਮਤ ਨੂੰ ਵੇਖਦਾ ਹੈ, ਜੋ ਮੌਜੂਦ ਹੈ ਉਸ ਨੂੰ ਦੇਖਦਾ ਹੈ ਔਰ ਧੰਨਵਾਦ ਕਰਦਾ ਕਿ ਹੇ ਪ੍ਰਭੂ ਮੈਨੂੰ ਇਤਨਾ ਕੁਝ ਬਖਸ਼ਿਆ ਹੈ, ਇਸ ਦਾ ਧੰਨਵਾਦ ਹੈ। ਔਰ ਸੰਸਾਰੀ ਮਨੁੱਖ ਉਸ ਨੂੰ ਦੇਖਦਾ ਹੈ ਜੋ ਘਰ ਵਿੱਚ ਨਹੀਂ ਹੈ, ਉਸ ਦੀ ਗਿਲਾ ਸ਼ਿਕਵਾ, ਜੋ ਮੌਜੂਦ ਹੈ ਉਸ ਦਾ ਸ਼ੁਕਰਾਨਾ ਨਹੀਂ, ਧੰਨਵਾਦ ਨਹੀਂ। ਇਸ ਨੂੰ ਕਿਹਾ ਹੈ ਤ੍ਰਿਸ਼ਨਾ, ਅੱਗ। ਔਰ ਇਸੇ ਅੱਗ ਵਿੱਚ ਮਨੁੱਖ ਸੜਦਾ ਰਹਿੰਦਾ ਹੈ, ਔਰ ਇਸ ਅੱਗ ਦੀ ਜਦੋਂ ਪੂਰਤੀ ਨਹੀਂ ਹੁੰਦੀ, ਮਨੁੱਖ ਨੂੰ ਕ੍ਰੋਧ ਆਉਂਦਾ। ਔਰ ਇਸ ਅੱਗ ਦੀ ਜਦੋਂ ਪੂਰਤੀ ਕੁਝ ਸਮਾਂ ਲਈ ਹੋ ਜਾਂਦੀ ਹੈ, ਫਿਰ ਉਹਦੇ ਲਈ ਮੋਹ ਵੀ ਬਣ ਜਾਂਦਾ ਹੈ, ਔਰ ਇਸੇ ਤਰ੍ਹਾਂ ਜੀਵਨ ਬੀਤ ਜਾਂਦਾ ਹੈ। ਤੋ ਫਰੀਦ ਜੀ ਕਹਿੰਦੇ ਨੇ, ਕਿਛ ਨਾ ਬੁੱਝੈ ਕਿਛ ਨਾ ਸੁੱਝੈ, ਦੁਨੀਆ ਗੁੱਝੀ ਵਾਹ, ਸਾਈ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾ ਆਏ। ਮੇਰੇ ਸਾਈ ਨੇ ਬਹੁਤ ਚੰਗਾ ਕੀਤਾ। ਕੀ ਚੰਗਾ ਕੀਤਾ? ਕਿ ਮੈਨੂੰ ਇੱਕ ਨਾਮ ਦੀ ਐਸੀ ਕਣੀ ਦਿੱਤੀ ਜਿਹਦੇ ਨਾਲ ਤ੍ਰਿਸ਼ਨਾ ਦੀ ਅਗਨ ਬੁੱਝ ਗਈ ਹੈ, ਬੁੱਝ ਗਈ। ਔਰ ਅਕਸਰ ਵੇਖਣਾ ਜਿਹੜੇ ਨਾਮੀ ਪੁਰਸ਼ ਹੁੰਦੇ ਨੇ, ਜੋ ਸਿਮਰਨ ਦੇ ਵਿੱਚ ਰੁਝੇ ਹੁੰਦੇ ਨੇ, ਉਹਨਾਂ ਦੇ ਚਿਹਰੇ 'ਤੇ ਇੱਕ ਐਸੀ ਪਰਮ ਸ਼ਾਂਤੀ ਝਲਕਦੀ ਹੈ ਕਿ ਜਿਵੇਂ ਇਸ ਦੇ ਕੋਲ ਬਹੁਤ ਕੁਝ ਹੈ, ਬਹੁਤ ਕੁਝ ਹੈ। ਕਿਉਂਕਿ ਐਸਾ ਮਨੁੱਖ ਫਲ ਤੱਕ ਪਹੁੰਚ ਗਿਆ ਹੈ। ਇੱਕ ਛੋਟਾ ਜਿਹਾ ਉਦਾਹਰਣ, ਜੋ ਗੁਰੂ ਨਾਨਕ ਸਾਹਿਬ ਜਦੋਂ ਨਾਨਕ ਮੱਤੇ ਗਏ ਤਾਂ ਜੋਗੀਆਂ ਨੇ ਇੱਕ ਫੁੱਲ ਭੇਟ ਕੀਤਾ ਸੀ, ਔਰ ਜਦੋਂ ਗੁਰੂ ਨਾਨਕ ਸਾਹਿਬ ਮੁਲਤਾਨ ਗਏ ਉੱਥੇ ਦੁੱਧ ਦਾ ਕਟੋਰਾ ਪੇਸ਼ ਕੀਤਾ ਸੀ, ਤੇ ਉਸ ਦੁੱਧ ਦੇ ਕਟੋਰੇ ਵਿੱਚ ਸਤਿਗੁਰੂ ਜੀ ਚਮੇਲੀ ਦਾ ਫੁੱਲ ਪਾ ਦਿੰਦੇ ਨੇ, ਔਰ ਕਹਿੰਦੇ ਨੇ ਕਿ ਮੈਂ ਤੁਹਾਡੀ ਸਭਾ ਦੇ ਵਿੱਚ ਇਸ ਤਰ੍ਹਾਂ ਰਵਾਂਗਾ ਜਿਵੇਂ ਇਹ ਫੁੱਲ ਪਈ ਤੈਰਦਾ ਹੈ ਇਸ ਤਰ੍ਹਾਂ। ਔਰ ਨਾਨਕ ਮਤੇ ਵਿੱਚ ਜਦੋਂ ਜੋਗੀਆਂ ਨੇ ਫੁੱਲ ਦਿੱਤਾ ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੋ ਫੁੱਲ ਹੈ, ਇਹ ਤੁਸੀਂ ਸਵਾਲ ਪੁੱਛਿਆ ਹੈ, ਇਸ ਦਾ ਜਵਾਬ ਵੀ ਲੈ ਲਵੋ। ਤੋ ਉੱਥੇ ਸਤਿਗੁਰੂ ਜੀ ਜਵਾਬ ਦਿੰਦੇ ਹਨ ਕਿ ਮੈਨੂੰ ਬੀਜ ਤੋਂ ਬਾਅਦ ਫੁੱਲ ਨਹੀਂ ਚਾਹੀਦਾ, ਬੀਜ ਤੋਂ ਬਾਅਦ ਫੁੱਲ, ਫੁੱਲ ਤੋਂ ਬਾਅਦ ਜੋ ਫਲ ਦੀ ਅਵਸਥਾ ਹੈ ਮੈਨੂੰ ਉਹ ਚਾਹੀਦੀ ਹੈ। ਇੱਕ ਐਸੀ ਅਵਸਥਾ ਜਿਹਦੇ ਵਿੱਚ ਫਲ ਪ੍ਰਾਪਤ ਹੋਵੇ ਉਹ ਅਵਸਥਾ ਚਾਹੀਦੀ ਹੈ। ਬਾਓ ਸੰਪੂਰਨਤਾ। ਬਾਕੀ ਜਿਤਨੇ ਵੀ ਯੋਗੀ ਹਨ, ਕਈ ਦਫ਼ਾ ਆਪ ਜੀ ਨੇ ਦੇਖਿਆ ਹੋਵੇਗਾ, ਇੱਕ ਦਾਰਸ਼ਨਿਕ ਲਿਖਦਾ ਹੈ ਕਿ ਯੋਗੀ ਨੂੰ ਭ੍ਰਿਸ਼ਟ ਕਰਨਾ ਬੜਾ ਸੌਖਾ ਹੈ। ਕਹਿੰਦੇ ਨੇ ਉਹ ਕਿਸ ਤਰ੍ਹਾਂ? ਤੇ ਉਹ ਲਿਖਦੇ ਨੇ ਕਿ ਯੋਗੀ ਪੁਰਸ਼ ਆਪਣੇ ਗ੍ਰਸਤ ਨੂੰ ਛੱਡ ਕੇ ਭੱਜ ਗਏ, ਜੰਗਲ ਵਿੱਚ ਚਲੇ ਗਏ, ਪਤਨੀ ਨੂੰ ਛੱਡ ਕੇ ਚਲੇ ਗਏ, ਉਹਨਾਂ ਨੂੰ ਭ੍ਰਿਸ਼ਟ ਕਰਨਾ ਬੜਾ ਸੌਖਾ ਹੈ। ਕਿਸ ਤਰ੍ਹਾਂ ਸੌਖਾ ਹੈ? ਕਹਿੰਦੇ ਨੇ ਜੇ ਕਿਧਰੇ ਤਪ ਕਰਦੀਆਂ ਕਰਦੀਆਂ ਤੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਇਸਤਰੀ ਆ ਜਾਂਦੀ ਹੈ, ਕਹਿੰਦੇ ਨੇ ਨੀਅਤ ਖੋਟੀ ਹੋ ਜਾਂਦੀ ਹੈ। ਔਰ ਇਹ ਵੀ ਆਪ ਜੀ ਨੇ ਸੁਣਿਆ ਕਿ ਬਹੁਤ ਸਾਰੇ ਯੋਗੀ ਆਪਣੇ ਮਿਸ਼ਨ ਤੋਂ ਡਿੱਗ ਪਏ, ਡਿੱਗ ਪਏ, ਤੇ ਉਹਨਾਂ ਦੇ ਜੀਵਨ ਦੇ ਵਿੱਚ ਜੋ ਸਦਾਚਾਰ ਦੀ ਭਾਵਨਾ ਚਾਹੀਦੀ ਸੀ ਉਹ ਨਹੀਂ, ਪਨਪੀ ਜਮੀ ਤੇ ਡਿੱਗ ਪਈ। ਫਿਰ ਉਹ ਅਗਾਂਹ ਚੱਲ ਕੇ ਕੀ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਨੂੰ ਭ੍ਰਿਸ਼ਟ ਕਰਨਾ ਬੜਾ ਔਖਾ ਹੈ। ਉਹ ਕਿਸ ਤਰ੍ਹਾਂ ਔਖਾ ਹੈ?
कि गुरु नानक साहिब का जो सिख है वह ग्रस्त विच बैठा हुआ है, वह परिवार को छड़ के नहीं गया, ग्रस्त विच बैठा है। तो गुरु नानक साहिब का सिख मेहनती भी है, उद्यमी भी है, वह मेहनत भी करता है, मशक्कत भी करता है, कारोबारी भी है, तो धन भी कमा रहा है और परिवार विच भी बैठा है। ना उसनों धन करके भ्रष्ट किया जा सकता है, ना उसनों इस्त्री करके भ्रष्ट किया जा सकता है, पर होवे गुरु नानक दा सिख, क्योंकि अगां चल के फिर वह की लिखता है कि मैं नानक दे सिख दी गल पई करदा। फिर उदाहरण भी दिता कि गुरु नानक साहिब दा सिख जिवें पाई लैणा, इस तरह की गल। जिसने सिखिया प्राप्त कर ली, जिसने सिख लिया और जिसने गुरु नानक साहिब की गल नूं प्रवान कर लिया सुन के, क्योंकि जप बाणी विच असी पढ़ते हाँ, तो सुन ले फिर उस तो बाद मन ले, क्योंकि सुनना ते मनना ये दो नदियां ने, दो सुन लिया ते मन लिया। और इन्हां तो बाद जदों प्रेम पैदा करना, सुन लिया मन लिया फिर प्रेम पैदा करना, भाव पैदा करना, कहिंदे ने इह बड़ा औखा हुंदा है मनुख दे जीवन विच। हुण सुनना भी दिस पैंदा है, मनना भी दिस पैंदा है, इह मनुख सुन रहा है दिस पैंदा है, ये मनुख मन भी रहा है दिस पैंदा है, क्योंकि निम्रता आ जाती है, दिस पैंदा है कि ये मनुख सुन के मनदा है तो निम्रता आ गई। फिर कहंदे ने भाव पैदा हो जाए, प्रेम पैदा हो जाए, कहंदे ने ओ दिसना बड़ा औखा हुंदा है कि इस दे हिरदे विच कितना प्रेम है, ये बड़ा औखा हुंदा है। मैं अर्ज कर रहा सी कि फरीद जी कहंदे ने साई मेरे चंगा कीता नहीं ता हम भी दजा आए। मेरे गुरु ने बहुत चंगा कीता कि मैनू नाम की कणी बख्शी जिहदे नाल परम शांति मिल गई, तृष्णा की अग तो मैं बच गया। और ये अग अक्सर साड़ती है, दरिया दे विच लगी हुई अग जा जंगल विच लगी हुई अग जिसनों कहंदे ने दावा नल, ते सागर विच लगी अग बड़वा नल, ते मनुख दे शरीर दे विच जिहड़ी अग है उसनों कहंदे ने जठर अगन। जिहड़ी जठर अगन है वह मनुख दे भोजन नूं पचांदी है, और जिहड़ी तृष्णा अगन है ये मनुख दे जीवन नूं तबाह करदी है, तबाह करदी है। तो फरीद जी कहंदे ने मेरे प्रभु ने बहुत चंगा कीता जो नाम दे नाल मैनूं जोड़ लिया और एक मैनूं समझ दे दित्ती। केड़ी समझ? क्योंकि अक्सर वेख्या मनुख नूं कि मनुख दे सिर ते दुनियावी पंड हुंदी है, दुनियावी पंड। मैं कल अर्ज कर रहा सी कि परमात्मा दे दर दी जो दरवेशी है बहुत औखी है, बहुत औखी है। औखी किस तरह? कि सिर ते तो पंड रखी है दुनिया दी, ते चलदा पिया है दरवेशी दे मार्ग ते किस तरह चलेगा? जे सिर ते पंड होवे दुनिया दी, बाहो तृष्णा दी, लोभ दी, हंकार दी, पंड तो यह रखी है ते चलदा पिया है दरवेशी दे मार्ग ते, ते वह किस तरह पहुंचेगा? और शेख शादी साहब जी कहंदे सी कई दफा ऐसा देखने विच आया कि दरवेशी दी लिबास विच कोई शैतान बैठा होंदा है, लिबास दरवेशी है, शैतान बैठा होया है। और कई दफा ऐसा भी देखने विच आया कि लिबास बहुत साधारण है ते उहदे विच कोई दरवेश बैठा होया, कोई संत बैठा होया, कोई फकीर बैठा होया। तो फरीद जी कहंदे ने फरीदा जे जाना तिल थोड़ डै
संबल बुक भरी। ये मर्यादा जदों बच्ची का कारज होंदा है, व्याह होंदा है, ता थाल दे विच कुछ दाने पा देंदे ने, भावें तिल पा देंदे ने, भावें चावल पा देंदे ने, फिर कहंदे ने कि वह बुक भरदी है ते अपने पति नू देंदी है, फिर पति बुक भरदा है, फिर उहदे बुक विच पा देंदा है। ते जदों वह बच्ची थाल दे विचों तिल कट्ठे करदी है, बुक भरदी है, तो कहंदे ने तिल बहुत थोड़े सी ते छेती ही मुक गए। भाव इशारा कीता है कि मनुख की जिहड़ी उम्र है उसका कोई पता नहीं है। फरीद जी कहंदे ने, फरीदा जे जाना तिल थोड़े समल बुक भरी, जे जाना शहो नंडड़ा ता थोड़ा माण करी। जे किधरे मैनू पता हुंदा कि उम्र बहुत थोड़ी है, तिल बहुत थोड़े ने, साह बहुत थोड़े ने, तो मैं एक एक साह संभल संभल के खर्च कर दी। जे किधरे मैनु पता हुंदा शहो नंडड़ा, हुण इसनों गहरे तल ते समझना। हुण जेकर बच्ची की उम्र वड्डी होवे और बच्ची की उम्र छोटी होवे तो इसका कारज किस तरह करोगे? बच्चे ने भी कह देना बच्ची उम्र विच बहुत वड्डी है, भावे ये रिश्ता बच्ची प्रवान कर लवे, पर बच्चे ने फिर भी कहना है मैं छोटा उम्र विच ये बहुत वड्डी है। हुण फरीद जी इत्थे की कह रहे ने, फरीदा जे जाना शहो नंडड़ा ता थोड़ा माण करी। जे किधरे मैनू इस गल का पता हुंदा कि परमात्मा रूपी पति उसनू प्रेम करता है जो बहुत निम्रता धारण करके बैठा है, जिहड़ा अपने आप नू कहिंदा है मैं बहुत छोटा हाँ छोटा। जे प्रभु नू मिलना होवे तां प्रभु प्रेम करता है छोटे नू, भाव जिसके कोल निम्रता है। हुण पति तां छोटा है, भाव निम्रता ਨੂੰ ਕਬੂਲ ਕਰਦਾ ਹੈ ਅਤੇ ਮਨੁੱਖ ਦੇ ਕੋਲ ਹੰਕਾਰ ਹੈ, ਕਹਿੰਦੇ ਨੇ ਫਿਰ ਕਿਸ ਤਰ੍ਹਾਂ ਕਬੂਲ ਕਰੇਗਾ ਉਹ ਦਿਨ। ਔਰ ਜਦੋਂ ਇੱਕ ਦਫ਼ਾ ਮਹਾਤਮਾ ਈਸਾ ਨੂੰ ਪੁੱਛ ਲਿਆ ਸੀ ਕਿ ਪਰਮਾਤਮਾ ਕਿਸ ਨੂੰ ਕਬੂਲ ਕਰਦਾ ਹੈ, ਤਾਂ ਮਹਾਤਮਾ ਈਸਾ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਕਿਹਾ ਇਹ ਪ੍ਰਮਾਣ ਹੁੰਦਾ ਹੈ। ਹੁਣ ਇਸ ਦਾ ਭਾਵ ਇਹ ਨਹੀਂ ਕਿ ਬੱਚਾ ਪ੍ਰਮਾਣ ਹੁੰਦਾ ਹੈ, ਇਸਦਾ ਭਾਵ ਇਹ ਹੋਇਆ ਕਿ ਜਿਸ ਮਨੁੱਖ ਦੀ ਪ੍ਰਕਿਰਤੀ, ਜਿਸ ਮਨੁੱਖ ਦਾ ਸੁਭਾਅ ਬੱਚੇ ਵਾਂਗੂ ਹੈ, ਬੱਚੇ ਵਾਂਗੂ। ਔਰ ਬੱਚੇ ਦਾ ਸੁਭਾਅ ਕਿਸ ਤਰ੍ਹਾਂ ਹੈ? ਨਾ ਕੋ ਬੈਰੀ ਨਹੀਂ ਬੇਗਾਨਾ, ਇਹ ਬੱਚੇ ਦਾ ਸੁਭਾਅ ਹੈ, ਬੱਚੇ ਦਾ ਸੁਭਾਅ। ਔਰ ਗੁਸਤਾਖੀ ਮਾਫ ਕਈ ਦਫ਼ਾ। ਹੁਣ ਉਹ ਬੱਚਾ ਜਿਹੜਾ ਬਿਲਕੁਲ ਕੋਰਾ ਹੈ, ਪਰਮਾਤਮਾ ਦੇ ਕਰੀਬ ਹੈ, ਉਸਨੂੰ ਬਹੁਤ ਦਫ਼ਾ ਝੂਠ ਅਸੀਂ ਸਿਖਾਉਂਦੇ ਹਾਂ, ਤਰਕ ਵਿਤਰਕ ਦੀ ਦੁਨੀਆਂ ਵਿੱਚ ਅਸੀਂ ਲਿਜਾਉਂਦੇ ਹਾਂ, ਕੰਪਟੀਸ਼ਨ ਦੀ ਦੁਨੀਆਂ ਵਿੱਚ ਅਸੀਂ ਲਿਜਾਉਂਦੇ ਹਾਂ, ਪਰ ਬੱਚਾ ਬਿਲਕੁਲ ਸਰਲ ਹੈ। ਜਿਵੇਂ ਜਿਵੇਂ ਉਹਦੀ ਉਮਰ ਵੱਡੀ ਹੁੰਦੀ ਹੈ ਤਿਵੇਂ ਤਿਵੇਂ ਉਹ ਤਰਕ ਵੀ ਸਿੱਖਦਾ ਹੈ, ਦੁਨੀਆਂ ਦੀ ਭਾਸ਼ਾ ਵੀ ਸਿੱਖਦਾ ਹੈ, ਔਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ ਦੁਨੀਆਂ ਦੀ ਭਾਸ਼ਾ ਸਿੱਖਦਾ ਹੈ, ਤਿਵੇਂ ਤਿਵੇਂ ਉਹਦੇ ਵਿੱਚ ਸਹਿਜਤਾ ਖਤਮ ਹੋ ਜਾਂਦੀ ਹੈ, ਖਤਮ ਹੋ ਜਾਂਦੀ ਸਹਿਜਤਾ। ਇਸੇ ਕਰਕੇ ਕਬੀਰ ਸਾਹਿਬ ਨੂੰ ਕਹਿਣਾ ਪਿਆ, ਕਬੀਰ ਜੈਸੀ ਉਪਜੈ ਪਿੰਡ ਤੇ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਬਾਪੁਰਾ ਪੂਜੇ ਨਾ ਰਤਨ ਕਰੋੜ। ਕਿ ਜਿਵੇਂ ਸ਼ਾਖਾਂ ਤੋਂ ਕਿਤਨੀ ਕੋਮਲ ਸ਼ਾਖਾ ਹੈ, ਜਦੋਂ ਉਹ ਦਰਖਤ ਚੋਂ ਉੱਗਦੀ ਹੈ ਸ਼ਾਖ, ਅਤੇ ਜੇ ਓੜਕ ਤੱਕ ਇਸੇ ਤਰ੍ਹਾਂ ਰਵੇ ਤਾਂ ਕਹਿੰਦੇ ਨੇ ਉਹ ਸ਼ਾਖਾ ਬਹੁਤ ਕੀਮਤੀ ਹੁੰਦੀ, ਕਿਉਂਕਿ ਸਿੱਧੀ ਜਾ ਰਹੀ ਹੈ ਸਿੱਧੀ। ਪਰ ਜਿਵੇਂ ਜਿਵੇਂ ਉਹ ਵੱਡੀ ਹੁੰਦੀ ਹੈ ਤਿਵੇਂ ਤਿਵੇਂ ਉਹਦੇ ਵਿੱਚ ਬਹੁਤ ਸਾਰੇ ਮੋੜ ਆਉਂਦੇ ਨੇ,
ਉਹ ਕਠੋਰ ਹੋ ਜਾਂਦੀ ਹੈ। ਤਾਂ ਫਰੀਦ ਜੀ ਕਹਿੰਦੇ ਨੇ ਜੇ ਜਾਣਾ ਸ਼ੋ ਨੰਡੜਾ, ਜੇ ਮੈਨੂੰ ਇਸ ਗੱਲ ਦੀ ਖਬਰ ਹੁੰਦੀ ਕਿ ਪਰਮਾਤਮਾ ਉਸ ਨੂੰ ਪ੍ਰੇਮ ਕਰਦਾ ਹੈ ਜੋ ਨਿਮਰਤਾ ਦੇ ਘਰ ਵਿੱਚ ਆ ਗਿਆ, ਜਿਸ ਦੇ ਕੋਲ ਨਿਮਰਤਾ ਆ ਗਈ ਪਰਮਾਤਮਾ ਉਸ ਨੂੰ ਕਬੂਲ ਕਰ ਲੈਂਦਾ ਹੈ। ਔਰ ਇੱਕ ਉਦਾਹਰਣ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਬਹਾਦਰ ਸ਼ਾਹ ਆਇਆ ਤੇ ਭਾਈ ਨੰਦ ਲਾਲ ਜੀ ਉਸ ਨੂੰ ਲੈ ਕੇ ਆਉਂਦੇ ਨੇ, ਕਿਉਂਕਿ ਕਦੇ ਉਹ ਵੀ ਸਮਾਂ ਸੀ ਕਿ ਭਾਈ ਨੰਦ ਲਾਲ ਬਹਾਦਰ ਸ਼ਾਹ ਨੂੰ ਤਾਲੀਮ ਦਿੰਦੇ ਸੀ, ਔਰੰਗਜ਼ੇਬ ਦੇ ਬੇਟੇ। ਔਰ ਤਾਲੀਮ ਐਸੀ ਦਿੱਤੀ, ਜਦੋਂ ਔਰੰਗਜ਼ੇਬ ਦੀ ਸਭਾ ਦੇ ਵਿੱਚ ਜਿਤਨੇ ਵੀ ਆਲਮ ਫਾਜ਼ਲ ਸੀ, ਮੌਲਵੀ ਸੀ, ਤੇ ਉਹਨਾਂ ਨੂੰ ਔਰੰਗਜ਼ੇਬ ਨੇ ਕਿਹਾ ਕਿ ਕੁਰਾਨ ਸ਼ਰੀਫ ਦੀ ਇੱਕ ਆਇਤ ਦੀ ਵਿਆਖਿਆ ਕਰਨੀ ਹੈ, ਤੇ ਜਿਤਨੇ ਵੀ ਮੌਲਵੀ ਬੈਠੇ ਸੀ ਉਹ ਉਸ ਦੀ ਵਿਆਖਿਆ ਕਰਕੇ ਲਿਆਉਂਦੇ ਨੇ, ਤੇ ਬਹਾਦਰ ਸ਼ਾਹ ਵੀ ਉਸ ਦੀ ਵਿਆਖਿਆ ਕਰਦਾ ਹੈ। ਤੇ ਬਹਾਦਰ ਸ਼ਾਹ ਦੇ ਹੱਥ ਵਿੱਚ ਜੋ ਕਾਗਜ਼ ਸੀ ਉਹਦੀ ਵਿਆਖਿਆ ਦੇਖ ਕੇ ਜਿਤਨੇ ਵੀ ਮੌਲਵੀ ਬੈਠੇ ਨੇ ਉਹ ਪੁੱਛਦੇ ਨੇ ਕਿ ਇਸ ਦਾ ਗੁਰੂ ਕੌਣ ਹੈ, ਉਸਤਾਦ ਕੌਣ ਹੈ? ਕਹਿੰਦੇ ਨੇ ਇਸ ਦਾ ਉਸਤਾਦ ਹੈ ਭਾਈ ਨੰਦ ਲਾਲ। ਹੈਰਾਨ ਹੋ ਗਏ ਕਿ ਕੁਰਾਨ ਸ਼ਰੀਫ ਦੀ ਆਇਤ ਦੀ ਇਸ ਤਰ੍ਹਾਂ ਦੀ ਵਿਆਖਿਆ ਭਾਈ ਨੰਦ ਲਾਲ ਨੇ ਕੀਤੀ, ਕਿਉਂਕਿ ਆਪ ਜੀ ਵੀ ਆਲਮ ਫਾਜ਼ਲ ਸੀ ਭਾਈ ਨੰਦ ਲਾਲ ਜੀ। ਤਾਂ ਇਤਨੀ ਕਮਾਲ ਦੀ ਵਿਆਖਿਆ ਸੁਣ ਕੇ ਅਖੀਰ ਵਿੱਚ ਔਰੰਗਜ਼ੇਬ ਨੂੰ ਇਹ ਸੋਚਣ ਤੇ ਮਜਬੂਰ ਕੀਤਾ ਕਿ ਇਤਨਾ ਵਿਦਵਾਨ, ਇਤਨਾ ਆਲਮ ਫਾਜ਼ਲ ਔਰ ਹਾਲੇ ਤੱਕ ਇਸਲਾਮ ਧਰਮ ਦੇ ਵਿੱਚ ਨਹੀਂ ਆਇਆ, ਇਹ ਬਹੁਤ ਵੱਡੀ ਘਾਟ ਹੈ ਸਾਡੇ ਜੀਵਨ ਵਿੱਚ, ਇਸ ਨੂੰ ਇਸਲਾਮ ਧਰਮ ਕਬੂਲ ਕਰਾਇਆ ਜਾਵੇ। ਖੈਰ, ਫਿਰ ਭਾਈ ਨੰਦ ਲਾਲ ਜੀ ਉੱਥੋਂ ਨਿਕਲ ਜਾਂਦੇ ਨੇ, ਚਲੇ ਜਾਂਦੇ ਨੇ। ਜਦੋਂ ਔਰੰਗਜ਼ੇਬ ਦੀ ਮੌਤ ਆਉਂਦੀ ਹੈ ਤੇ ਰਾਜ ਤਾਰਾ ਆਜਮ ਦੇ ਹੱਥ ਵਿੱਚ ਆ ਜਾਂਦਾ ਹੈ, ਤੇ ਬਹਾਦਰ ਸ਼ਾਹ ਕਹਿੰਦਾ ਹੈ ਕਿ ਹੱਕਦਾਰ ਮੈਂ ਹਾਂ, ਇਹ ਰਾਜ ਮੈਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇ? ਤਾਂ ਫਿਰ ਭਾਈ ਨੰਦ ਲਾਲ ਜੀ ਕਹਿੰਦੇ ਨੇ ਆਪ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਚਲੇ ਜਾਓ। ਬਹਾਦਰ ਸ਼ਾਹ ਕਹਿੰਦਾ ਹੈ ਕਿ ਮੈਂ ਉਹਨਾਂ ਦੇ ਦਰ ਤੇ ਜਾਵਾਂਗਾ ਜਿਨ੍ਹਾਂ ਦੇ ਬੱਚਿਆਂ ਨੂੰ ਮੇਰੇ ਪਿਤਾ ਨੇ ਸ਼ਹੀਦ ਕਰਾ ਦਿੱਤਾ, ਕਤਲ ਕਰਾ ਦਿੱਤੇ, ਤੇ ਉਹਨਾਂ ਦੇ ਕੋਲ ਜਾਵਾਂ ਜਿਨ੍ਹਾਂ ਦੇ ਪਿਤਾ ਨੂੰ ਮੇਰੇ ਪਿਤਾ ਨੇ ਕਤਲ ਕਰਾ ਦਿੱਤਾ, ਉਹ ਕਿਸ ਤਰ੍ਹਾਂ ਰਾਜ ਦੇਵੇਗਾ ਮੈਨੂੰ? ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਤੂੰ ਇੱਕ ਦਫਾ ਜਾ ਕੇ ਵੇਖ। ਤੇ ਜਦੋਂ ਉਹ ਜਾਂਦੇ ਨੇ, ਅਰਜ ਕਰਦੇ ਨੇ, ਬੇਨਤੀ ਕਰਦੇ ਨੇ, ਤਾਂ ਸਾਹਿਬ ਜੀ ਉਹਦੀ ਬੇਨਤੀ ਕਬੂਲ ਕਰ ਲੈਂਦੇ ਨੇ, ਕਬੂਲ ਕਰ ਲੈਂਦੇ। ਜਦੋਂ ਬਹਾਦਰ ਸ਼ਾਹ ਮੁੜ ਕੇ ਆਉਂਦਾ ਹੈ, ਭਾਈ ਨੰਦ ਲਾਲ ਜੀ ਉਹਦੇ ਨਾਲ ਆਉਂਦੇ ਨੇ, ਤੇ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਦਫਾ ਵੀ ਇਹ ਨਹੀਂ ਕਿਹਾ ਕਿ ਤੇਰੇ ਪਿਤਾ ਨੇ ਮੇਰੇ ਪਿਤਾ ਨੂੰ ਸ਼ਹੀਦ ਕੀਤਾ, ਇੱਕ ਦਫਾ ਵੀ ਨਹੀਂ ਕਿਹਾ ਕਿ ਤੇਰੇ ਪਿਤਾ ਨੇ ਮੇਰੇ ਬੱਚਿਆਂ ਨੂੰ ਤੇ ਅਣਗਿਣਤ ਮੇਰੇ ਅਨਿੰਦ ਸੇਵਕ ਉਹਨਾਂ ਨੂੰ ਸ਼ਹੀਦ ਕੀਤਾ, ਇੱਕ ਦਫਾ ਵੀ ਨਹੀਂ ਕਿਹਾ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਉਹ ਦਇਆ ਦੇ ਸਾਗਰ ਹਨ, ਦਇਆ ਦੇ ਸਾਗਰ। ਫਿਰ ਤੂੰ ਨਿਮਰਤਾ ਲੈ ਕੇ ਗਿਆ ਸੀ, ਔਰ ਨਿਮਰਤਾ ਦੇ ਨਾਲ ਜਦੋਂ ਅਰਦਾਸ ਬੇਨਤੀ ਕੀਤੀ ਜਾਵੇ ਉਹ ਕਬੂਲ ਹੁੰਦੀ ਹੈ, ਕਬੂਲ। ਔਰ ਇੱਕ ਦਫਾ ਇਸੇ ਤਰ੍ਹਾਂ ਹੋਇਆ ਜਦੋਂ ਬਾਬਰ ਨੇ ਕਹਿ ਦਿੱਤਾ ਕਿ ਹੁਮਾਯੂ ਉਸਦਾ ਬੇਟਾ ਬਿਮਾਰ ਹੈ, ਤੇ ਉਸਦੇ ਲਈ ਪਰਮਾਤਮਾ ਨੂੰ ਅਰਜ ਕਰੋ, ਬੇਨਤੀਆਂ ਕਰੋ, ਉਸਦੇ ਲਈ ਦੁਆ ਕਰੋ। ਤੇ ਹਰ ਇੱਕ ਸਾਧੂ ਨੂੰ ਕਹਿੰਦੇ ਨੇ ਦੁਆ ਕਰੋ, ਪਰ ਕਹਿੰਦੇ ਨੇ
जगत गुरु बाबा नूं भी कह दिता तुसीं भी दुआ करो। सतगुरु जी कहिंदे ने दुआ कदे हुक्म दे नाल नहीं हुंदी, कदे भी। बाबर कहिंदा है क्यों नहीं हो सकदी, मैं बादशाह